ਅਸੀਂ ਮਲਕੀਤ ਸਿੰਘ ਜੋ ਕਿ ਸਿੰਗਰ ਨੇ ਪੰਜਾਬੀ ਸਿੰਗਰ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋਇਆ ਸੀ ਅੱਜ ਉਹਨਾਂ ਦਾ ਸੰਸਕਾਰ ਹੈ ਜਿੱਥੇ ਸਾਰੇ ਬਹੁਤ ਸਾਰੇ ਲੋਕ ਅਫਸੋਸ ਦੇ ਲਈ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਆਏ ਨੇ ਸਾਡੇ ਵਿੱਚ ਦਲਵਿੰਦਰ ਦਿਆਲਪੁਰੀ ਵੀ ਇੱਥੇ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਸਰ ਇਹ ਦੱਸੋ ਇਹ ਅਫਸੋਸਜਨਕ ਘੜੀ ਦੇ ਵਿੱਚ ਅੱਜ ਤੁਸੀਂ ਉਹਨਾਂ ਦੇ ਇੱਥੇ ਆਏ ਹੋ ਕੀ ਕਹਿਣਾ ਚਾਹੁੰਦੇ ਸਰਦਾਰ ਬਹਾਦਰ ਸਰਦਾਰ ਧਰਮ ਸਿੰਘ ਜੀ ਜਿਹੜੇ ਸਾਡੇ ਉਸਤਾਦ ਮਲਕੀਤ ਸਿੰਘ ਹੁਣ ਉਹਨਾਂ ਦੇ ਪਿਤਾ ਜੀ ਸਾਡੇ ਪਿਤਾ ਜੀ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਅਸੀਂ ਦੌੜੇ ਭੱਜੇ ਫਿਰਦੇ ਹਾਂ ਕਿਉਂਕਿ ਮਾਂ ਪਿਓ ਹੀ ਅਸਲੀ ਖਜ਼ਾਨਾ ਹੁੰਦਾ ਹੈ ਅਸੀਂ ਗਾ ਗਾ ਕੇ ਤਾਂ ਕਹਿੰਦੇ ਹਾਂ ਪਰ ਇਹ ਤੁਸੀਂ ਆਪ ਸਾਰੇ ਜਿੰਨੇ ਵੀ ਦੈਨਿਕ ਸਵੇਰਾ ਦੇ ਸਾਰੇ ਸਤਿਕਾਰਯੋਗ ਸਰੋਤੇ ਆ ਜਾਂ ਦਰਸ਼ਕ ਉਹ ਦੇਖ ਸਕਦੇ ਨੇ ਅਤੇ ਅਸੀਂ ਗੋਲਡਨ ਸਟਾਰ ਮਲਕੀਤ ਸਿੰਘ ਉਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਅੱਜ ਦੁੱਖ ਵੰਡਾਉਣ ਵਾਸਤੇ ਆਏ ਹੋਏ ਹਾਂ ਅਤੇ ਹੁਣ ਜਿਹੜਾ ਸੰਸਕਾਰ ਹੋ ਰਿਹਾ ਔਰ ਸਾਰੀ ਕਾਰਵਾਈਆਂ ਹੋ ਰਹੀਆਂ ਅਤੇ ਭੋਗ ਵੀ ਜਿਹੜਾ ਉਹ 18 ਮਈ ਨੂੰ ਬੁੱਧਵਾਰ ਨੂੰ ਹੈ ਬਸ ਦੁੱਖ ਵੰਡਾਉਣਾ ਹੈ ਜੀ ਅਤੇ ਮਾਪਿਆਂ ਦਾ ਕਹਿੰਦੇ ਹੁੰਦੇ ਬੜਾ ਵੱਡਾ ਸਹਾਰਾ ਹੁੰਦਾ ਹੈ ਅਤੇ ਅੱਜ ਇਹ ਸਹਾਰਾ ਮਲਕੀਤ ਸਿੰਘ ਹੋਣਾ ਤੋਂ ਤੁਸੀਂ ਉਹਨਾਂ ਨੂੰ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਕਿੱਦਾਂ ਦਾ ਰਿਸ਼ਤਾ ਸੀ ਉਹਨਾਂ ਦਾ ਬਹੁਤ ਗੂੜਾ ਜੀ ਹੁਣ ਤੋਂ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋਇਆ ਚੁੱਪ ਕਰਾਉਣਾ ਅਸੀਂ ਸਾਨੂੰ ਬਾਹਰਲਿਆਂ ਦਾ ਕੰਮ ਹੈ ਪੂਰੇ ਪਰਿਵਾਰ ਨੂੰ ਹੌਸਲਾ ਦੇਣਾ ਬਾਹਰਲਿਆਂ ਦਾ ਕੰਮ ਹੈ ਕਿ ਰੁੱਖ ਨੂੰ ਜੜ੍ਹਾਂ ਦੇ ਨਾਲ ਪੰਛੀ ਨੂੰ ਪਰਾਂ ਦੇ ਨਾਲ ਗੱਲ ਗੂੜੇ ਰਿਸ਼ਤੇ ਦੀ ਜੋੜ ਹੁੰਦੀ ਹੈ ਇਵੇਂ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਹੈ ਧੀਆਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਹੈ ਸੋ ਇਹ ਦਲਵਿੰਦਰ ਦਿਆਲਪੁਰੀ ਜੋ ਕਿ ਅੱਜ ਮਲਕੀਤ ਸਿੰਘ ਦੇ ਪਿਤਾ ਜੀ ਜਿਨ੍ਹਾਂ ਦਾ ਸੰਸਕਾਰ ਹੈ ਉੱਥੇ ਉਹਨਾਂ ਦਾ ਦੁੱਖ ਵੰਡਾਉਣ ਦੇ ਲਈ ਆਏ ਨੇ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਸਰੋਤੇ ਵੀ ਉਹਨਾਂ ਦੇ ਨਾਲ ਦੁੱਖ ਪ੍ਰਗਟ ਕਰਦੇ ਨੇ ਅਸੀਂ ਵੀ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਇੱਥੇ ਆਏ ਹਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹੇ ਆਵਾਂਗੇ ਅਤੇ ਉਸ ਤੋਂ ਬਾਅਦ ਹੁਣ ਫੁੱਲਾਂ ਦੀ ਵਰਖਾ ਕਰਦੇ ਹੋਏ ਧਰਮ ਸਿੰਘ ਯਾਨੀ ਕਿ ਮਲਕੀਤ ਸਿੰਘ ਦੇ ਪਿਤਾ ਜੀ ਨੂੰ ਸੰਸਕਾਰ ਕਰ ਲਿਆ ਲੈ ਕੇ ਜਾ ਰਹੇ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਧਰਮ ਸਿੰਘ ਯਾਨੀ ਕਿ ਮਲਕੀਤ ਸਿੰਘ ਜੋ ਕਿ ਪੰਜਾਬੀ ਸਿੰਗਰ ਨੇ ਉਹਨਾਂ ਦੇ ਪਿਤਾ ਜੀ 10 ਮਈ ਨੂੰ ਲੰਬੀ ਬਿਮਾਰੀ ਦੇ ਚਲਦਿਆਂ ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਅੱਜ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਕਲਾਕਾਰ ਵੱਡੀਆਂ ਵੱਡੀਆਂ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਥੇ ਪੁੱਜੀਆਂ ਨੇ ਅਤੇ ਹੁਣ ਸੰਸਕਾਰ ਕਰਨ ਦੇ ਲਈ ਉਹਨਾਂ ਨੂੰ ਲਿਜਾਇਆ ਜਾ ਰਿਹਾ ਪੂਰੇ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਹੈ ਤੁਸੀਂ ਦੇਖ ਰਹੇ ਹੋ ਪਿੰਡ ਹੁਸੈਨਪੁਰ ਤੋਂ ਲਾਈਵ ਤਸਵੀਰਾਂ ਉਹਨਾਂ ਦੇ ਘਰ ਦੀਆਂ ਜਿੱਥੇ ਕਿ ਉਹਨਾਂ ਨੂੰ ਗੱਡੀ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਨਾਂ ਦੇ ਘਰ ਤੋਂ ਲਿਜਾਇਆ ਜਾ ਰਿਹਾ ਹੈ ਪੰਜਾਬੀ ਇੰਡਸਟਰੀ ਦੇ ਗੋਲਡਨ ਸਟਾਰ ਕਹੇ ਜਾਣ ਵਾਲੇ ਮਲਕੀਤ ਸਿੰਘ ਉਹਨਾਂ ਦੇ ਪਿਤਾ ਧਰਮ ਸਿੰਘ ਜਿਨ੍ਹਾਂ ਦਾ 10 ਮਈ ਨੂੰ ਦੇਹਾਂਤ ਹੋ ਗਿਆ 90 ਸਾਲ ਦੇ ਸਨ ਬਜ਼ੁਰਗ ਸਨ ਅਤੇ ਕੁਝ ਬਿਮਾਰੀਆਂ ਤੋਂ ਗ੍ਰਸਤ ਵੀ ਸਨ ਅਤੇ ਉਹਨਾਂ ਨੇ ਪੰਜਾਬੀ ਇੰਡਸਟਰੀ ਦੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਇੱਥੇ ਮੌਜੂਦ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਨੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਗੱਡੀ 'ਚ ਲਿਜਾਇਆ ਜਾ ਰਿਹਾ ਉਹਨਾਂ ਨੂੰ ਸੰਸਕਾਰ ਘਰ ਦੇ ਵੱਲ ਅਤੇ ਸਾਰਿਆਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਮਲਕੀਤ ਸਿੰਘ ਬਹੁਤ ਹੀ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ ਹਮੇਸ਼ਾ ਹੀ ਪੰਜਾਬੀਅਤ ਦੀ ਅਤੇ ਮਾਂ ਪਿਓ ਦੀ ਗੱਲ ਕਰਨ ਵਾਲੇ ਮਲਕੀਤ ਸਿੰਘ ਦਾ ਅੱਜ ਆਪਣੇ ਪਿਤਾ ਦੇ ਨਾਲ ਜਿਹੜਾ ਸਦੀਵੀ ਵਿਛੋੜਾ ਹੈ ਜਿਹੜਾ ਉਹ ਅੱਜ ਪੈ ਗਿਆ ਹੈ ਅਤੇ ਉਹਨਾਂ ਦਾ ਜਿਹੜਾ ਸੰਸਕਾਰ ਹੈ ਉਹ ਅੱਜ ਹੈ ਕੁਝ ਸਾਲ ਪਹਿਲਾਂ ਉਹਨਾਂ ਦੇ ਮਾਤਾ ਜੀ ਪੂਰੇ ਹੋਏ ਸਨ ਅਤੇ ਅੱਜ ਪਿਤਾ ਜੀ ਦਾ ਜਿਹੜਾ ਹੈ ਉਹ ਸੰਸਕਾਰ ਕੀਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਮਲਕੀਤ ਸਿੰਘ ਅਤੇ ਪੂਰਾ ਪਰਿਵਾਰ ਇੱਥੇ ਭਾਵੁਕ ਹੁੰਦਾ ਨਜ਼ਰ ਆ ਰਿਹਾ ਹੈ ਗੱਡੀ ਨੂੰ ਵੀ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਅਤੇ ਉਹਨਾਂ ਨੂੰ ਜਿਹੜੀ ਵਿਦਾਈ ਹੈ ਉਹ ਬੜੇ ਹੀ ਸਨਮਾਨ ਪੂਰਵਕ ਢੰਗ ਦੇ ਨਾਲ ਦਿੱਤੀ ਜਾ ਰਹੀ ਹੈ ਪੂਰੇ ਪਰਿਵਾਰ ਦੇ ਵਿੱਚ ਅਤੇ ਇੰਡਸਟਰੀ ਦੇ ਵਿੱਚ ਅਤੇ ਉਹਨਾਂ ਦੇ ਚਾਹੁਣ ਵਾਲਿਆਂ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਹੈ ਉਹ ਦੌੜ ਗਈ ਹੈ
पिंड हुसैनी वाला जिथे कि मलकीत सिंह का जन्म होया, अज असी उत्थे ही पहुँचे हाँ। बहुत ही अफसोस की घड़ी है। उन्होंने पिता धर्म सिंह जिन्हों का 10 मई नूं देहांत हो गया, अज उन्हों का संस्कार है। तुसी देख सकते हो संस्कार घर वल उन्हां नूं लिजाया जा रहा है। फुल्लां दे नाल गड्डी सजाई हुई है ते नाल ही पूरा परिवार जिहड़ा है भावुक हुंदा नज़र आ रहा है। इस समय दी लाइव तस्वीर असीं तुहानूं दिखा रहे हैं। इस समय दी लाइव तस्वीर असीं तुहानूं दिखा रहे हैं। तुसी देख सकते हो इस समय दी लाइव तस्वीर। धर्म सिंह जो कि पंजाबी सिंगर गोल्डन स्टार कहे जाने वाले मलकीत सिंह दे पिता जी, उन्हां दा देहांत हो गया सी 10 मई नूं। अज संस्कार जिहड़ा आ उह कीता जा रहा है ते उन्हां नूं लिजाया जा रहा है। ते तुहानूं दस दईए कि इत्थे सतनाम वाहिगुरु दा जिहड़ा जाप है उह लगातार कीता जा रहा है। ਤੁਹਾਨੂੰ ਦੱਸ ਦਈਏ ਕਿ ਇਲਾਕੇ ਦੇ MLA ਇੰਦਰਜੀਤ ਜੋ ਨੇ ਉਹ ਵੀ ਇਸ ਸਮੇਂ ਇੱਥੇ ਮਲਕੀਤ ਸਿੰਘ ਦੇ ਨਾਲ ਅਫਸੋਸ ਕਰਨ ਦੇ ਲਈ ਪਹੁੰਚੇ ਨੇ। ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦੇਣ ਦੇ ਲਈ ਇੱਥੇ ਪਹੁੰਚੇ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਸਾਰੀ ਸੰਗਤ ਪਿੱਛੇ ਚੱਲ ਕੇ ਆ ਰਹੀ ਹੈ ਅਤੇ ਜਿਹੜੀ ਫੁੱਲਾਂ ਨਾਲ ਸਜੀ ਗੱਡੀ ਹੈ ਉਹਦੇ ਵਿੱਚ ਧਰਮ ਸਿੰਘ ਨੂੰ ਜਿਹੜਾ ਆਖਰੀ ਵਿਦਾਈ ਹੈ ਉਹ ਦਿੱਤੀ ਜਾ ਰਹੀ ਹੈ। ਫੁੱਲਾਂ ਦੀ ਵਰਖਾ ਕੀਤੀ ਗਈ, ਫੁੱਲਾਂ ਨਾਲ ਗੱਡੀ ਸਜਾਈ ਗਈ ਹੈ, ਪਰ ਭਾਵੁਕ ਹੋ ਰਿਹਾ ਹੈ ਪੂਰਾ ਪਰਿਵਾਰ। ਇਹ ਜਿਹੜਾ ਵਿਛੋੜਾ ਹੈ ਉਹ ਨਾ ਸਹਿਣ ਯੋਗ ਹੈ। ਸਤਨਾਮ ਵਾਹਿਗੁਰੂ ਦਾ ਜਾਪ ਲਗਾਤਾਰ ਕੀਤਾ ਜਾ ਰਿਹਾ ਹੈ। ਪਰਮਾਤਮਾ ਦਾ ਨਾਮ ਲੈ ਕੇ ਉਹਨਾਂ ਨੂੰ ਜਿਹੜਾ ਇਹ ਆਖਰੀ ਜਿਹੜੀ ਵਿਦਾਈ ਹੈ ਉਹ ਦਿੱਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇੱਥੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਿਲ ਵੀ ਹੋਏ ਨੇ MLA ਅਤੇ ਨਾਲ ਮਲਕੀਤ ਸਿੰਘ ਭਾਵੁਕ ਹੁੰਦੇ ਵੀ ਨਜ਼ਰ ਆ ਰਹੇ ਨੇ। ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ।